चारे भैणा ने व्याह नहीं कराया। कारण यह है कि चारे भैणा का एक भरा सी ते उदी भी मौत हो जाती है ते चारे भैणा कहिंदियां कि असी व्याह नहीं करवाउणा कि साढ़े बाप का घर ना उजड़ जाए, इनू हस्ता वसता ते इनू असी ज्यौंदियां च रखना, जानी अज भी वसदियां च रख्या होया है घर, पर इन्हां दी सोच नू सलाम करना बनदा। पर हालत अज ऐसी है परिवार की कि परिवार भैणा कोले अज ना कोई चाचा ना कोई ताया ना कोई मामा ते ना कोई मासी ना कोई नानके परिवार चों कोई भी है नहीं इन्हां दा दुख दर्द सुनने वाला, क्योंकि इन्हां दे मामे नानियां दी सारे की मौत हो चुकी है, कोई अपना रिश्तेदार बची है नहीं। ये भैणा ने, भैने सत श्री अकाल, नाम दस्यो अपना की है? मेरा नाम वीर जी सतपाल कौर। अच्छा, पिता बलदेव सिंह। अच्छा, पिंड केड़ा भैने अपना? पिंड रामनगर पठल। अच्छा, तहसील मानसा ते जिला अपना तहसील जिला मानसा तहसील बुढलाडा। अच्छा भैने, की गल हुंदी आ भाई नु? ओहो जी वीर जी, अतवाद दा दौर सी जदों। अच्छा, ਉਹ ਰਸਤੇ ਵਿੱਚ ਦੁਕਾਨ ਤੋਂ ਵਾਪਸ ਪਰਤ ਰਹੇ ਸੀਗੇ। ਅੱਛਾ, ਘਰ ਆਉਂਦੇ ਸੀ ਸ਼ਾਮ ਦੇ 6:30 ਵਜੇ ਹੋਏ ਸੀ। ਅੱਛਾ, ਉੱਥੇ ਆਣ ਪਛਾਤੇ ਵਿਅਕਤੀ ਕੁਝ ਲੁਕੇ ਬੈਠੇ ਸੀ। ਅੱਛਾ ਜੀ, ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੰਦੇ ਨੇ। ਅੱਛਾ, ਸਾਨੂੰ ਜਦੋਂ ਪਤਾ ਲੱਗਿਆ ਤੇ ਗਏ। ਅੱਛਾ ਜੀ, ਸਾਨੂੰ ਰਾਤ ਨੂੰ ਲੱਭੇ ਨਹੀਂ ਬਾਈ, ਲੱਭਿਆ ਨਹੀਂ। ਹਾਂ। ਅੱਛਾ, ਤੇ ਸਾਡੇ ਪਿਤਾ ਜੀ ਨੇ ਫਿਰ ਥਾਣੇ ਰਾਊਟ ਕੀਤੀ। ਓਦੋ ਆਪਣਾ ਜਿਲ੍ਹਾ ਬਠਿੰਡਾ ਹੁੰਦਾ ਸੀਗਾ। ਅੱਛਾ ਜੀ, 1999 ਦੀ ਗੱਲ ਹੈ। ਅੱਛਾ ਜੀ, ਤੇ ਪੁਲਿਸ ਵਾਲੇ ਆਏ ਉਸ ਟਾਈਮ ਆ ਕੇ ਉਹਨਾਂ ਨੇ ਉੱਥੇ ਪਹਿਰੇ ਲਾ ਤੇ। ਅੱਛਾ ਜੀ, ਕਹਿੰਦੇ ਵੀ ਸਵੇਰੇ ਭਾਲ ਟੋਲ ਕਰਾਂਗੇ। ਅੱਛਾ, ਫਿਰ ਮਿਲ ਗਏ ਸੀ ਬਾਈ ਜੀ? ਹਾਂ ਜੀ, ਫਿਰ ਸਵੇਰੇ ਵੀਰ ਜੀ ਉਹਨਾਂ ਦੀ ਲਾਸ਼ ਹੀ ਮਿਲੀ ਸੀ। ਅੱਛਾ ਭੈਣੇ, ਇਹ ਗੱਲ ਵੀ ਮੈਨੂੰ ਦੱਸਦੇ ਸੀ। ਹਾਂ ਵੀਰ ਜੀ, 8 ਦਿਨ ਪਹਿਲਾਂ ਨੂੰ ਰਿਸ਼ਤੇ ਵਾਲੇ ਦੇਖ ਕੇ ਗਏ, ਰਿਸ਼ਤਾ ਪੱਕਾ ਵੀ ਕਰਕੇ ਗਏ ਸੀ। ਅੱਛਾ, ਤੇ 8 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਅੱਛਾ ਭੈਣੇ, ਉਹ ਕੀ ਗੱਲ ਸੀਗੀ ਵੀ ਤੁਸੀਂ ਕਹਿੰਦੇ ਸੀ ਕਿ ਬਾਪ ਦਾ ਘਰ ਦਾ ਦਰਵਾਜ਼ਾ ਖੁੱਲਾ ਰੱਖਣਾ, ਉਹ ਕੀ ਗੱਲ ਸੀ ਵੀ ਤਾਂ ਵੀ ਅਸੀਂ ਵਿਆਹ ਨਹੀਂ ਕਰਾਇਆ ਹੈਗਾ? ਵੀਰ ਜੀ, ਫਿਰ ਇਸ ਤਰ੍ਹਾਂ ਸੀਗਾ ਵੀ ਉਹਨਾਂ ਦੇ ਘਰ ਨੂੰ ਤਾਂ ਪਹਿਲੇ ਜਿੰਦਾ ਲੱਗ ਗਿਆ, ਫਿਰ ਹੋਰ ਵੀ ਲੱਗ ਜਾਣਾ। ਅੱਛਾ, ਵੀ ਆਪਾਂ ਆਪਦਾ ਸਿਦਕ ਭਰੋਸਾ ਪੱਕਾ ਰੱਖੋ, ਆਪਾਂ ਉਹਨਾਂ ਦੇ ਘਰ ਨੂੰ ਖੁੱਲਾ ਰੱਖੋ, ਦਰਵਾਜ਼ਾ ਖੁੱਲਾ ਰੱਖਣਾ, ਦਰਵਾਜ਼ਾ ਖੁੱਲਾ ਰੱਖੋ ਤੇ ਉਹਨਾਂ ਦਾ ਨਾਮ ਇਸ ਤਰ੍ਹਾਂ ਹੀ ਚੱਲ ਜਾਏ। ਅੱਛਾ, ਤਾਂ ਵੀ ਵਿਆਹ ਨਹੀਂ ਕਰਾਇਆ ਤੁਸੀਂ? ਹਾਂ ਵੀਰ ਜੀ, ਅਸੀਂ ਤਾਂ ਹੀ ਨਹੀਂ ਵਿਆਹ ਕਰਾਇਆ। ਅੱਛਾ ਭੈਣੇ, ਕੋਈ ਚਾਚਾ ਤਾਇਆ ਮਾਮਾ ਮਾਸੀ ਕੋਈ ਬੱਚੇ ਹੈਗਾ ਹਲੇ? ਵੀਰ ਜੀ, ਨਾ ਸਾਡਾ ਕੋਈ ਚਾਚਾ ਤਾਇਆ ਸੀ, ਸਾਡੇ ਪਿਤਾ ਜੀ ਇਕੱਲੇ ਸੀ। ਅੱਛਾ ਜੀ, ਨਾ ਹੀ ਕੋਈ ਨਾਨਕੇ ਪਰਿਵਾਰ ਦੇ ਵਿੱਚ ਸੀਗਾ। ਅੱਛਾ, ਤੇ ਬੀਬੀ ਹੋਰ ਵੀ ਵਿਚਾਰੀਆਂ 3 ਭੈਣਾਂ ਸੀ। ਉਹ ਤੁਹਾਡੇ ਮਾਮਾ ਵੀ ਕੋਈ ਨਹੀਂ ਸੀ? ਹਾਂ, ਮਾਮਾ ਵੀ ਸਾਡੇ ਕੋਈ ਨਹੀਂ ਸੀ ਹੈਗਾ, ਜਾਣੀ ਕੋਈ ਵਰਤਣ ਵਾਲਾ ਰਹੀ ਨਹੀਂ ਹੈਗਾ। ਹਾਂ, ਪਿੱਛੇ ਕੋਈ ਰਿਸ਼ਤੇਦਾਰੀ ਨਹੀਂ ਰਹੀ। ਅੱਛਾ ਭੈਣੇ, ਕੰਮ ਕੀ ਕਰਦੇ ਹੋ ਤੁਸੀਂ? ਕੰਮ ਤਾਂ ਅਸੀਂ ਵੀਰ ਜੀ ਸਿਰਫ ਇੱਕ ਮਜ਼ਦੂਰੀ ਕਰਦੇ ਹਾਂ। ਦਿਹਾੜੀ ਕਰਦੇ ਹੋ? ਦਿਹਾੜੀ ਕਰਦੇ ਹਾਂ। ਤੇ ਭੈਣੇ, ਤੇੜਾਂ ਆਈਆਂ ਪਈਆਂ ਨੇ ਮਕਾਨ ਦੇ ਵਿੱਚ, ਤੇ ਦਿਹਾੜੀ ਹੁਣ ਲੱਗਦੀ ਨਹੀਂ ਹੈਗੀ ਜਾਂ ਇੰਨੇ ਪੈਸੇ ਹੈਣੇਗੇ? ਨਾ ਵੀਰ ਜੀ, ਫਿਰ ਦਿਹਾੜੀ ਨਾਲ ਤਾਂ ਇੰਨਾ ਪੈਸਾ ਬਣ ਨਹੀਂ ਸਕਦਾ ਹੁਣ। ਅੱਛਾ, ਬਹੁਤ ਹੋ ਚੁੱਕੀ ਹੈ ਜੀ। ਅੱਛਾ, ਹੁਣ ਮਕਾਨ ਤਾਂ ਖੜਾ ਕਰਨਾ ਬਹੁਤ ਮੁਸ਼ਕਲ ਤੋਂ। ਅੱਛਾ, ਸਮਝ ਤੋਂ ਬਾਹਰ ਹੋ ਰਿਹਾ ਹੈਗਾ। ਤੇ ਬਾਈ, ਇਹਨਾਂ ਭੈਣਾਂ ਦੀ ਯਾਰ ਮਦਦ ਕਰੋ, ਇਹਨਾਂ ਦੇ ਭਰਾ ਵੀ ਕੋਈ ਨਾ ਕੋਈ ਚਾਚਾ ਨਾ ਕੋਈ ਮਾਮਾ ਨਾ ਕੋਈ ਤਾਇਆ। ਭੈਣੇ, ਆ ਕਾਪੀ ਦਿਖਾ ਦਿਓ ਜੇ ਕਿਸੇ ਨੇ ਪੈਸੇ ਪਾਉਣੇ ਹੋਣ ਤਾਂ ਬਾਈ। ਖਾਤਾ ਨੰਬਰ ਹੈ? ਅੱਛਾ, ਇਹ ਤੁਹਾਡੇ ਨਾਂ ਤੇ ਹੈ ਜੀ? ਹਾਂ, ਇਹ ਵੀ ਜੀ ਸਾਡੇ ਨਾਮ ਤੇ ਖਾਤਾ ਨੰਬਰ। ਤੇ ਬਾਈ, ਭੈਣਾਂ ਦਾ ਖਾਤਾ ਇਹ ਚ ਯਾਰ ਮਦਦ ਜ਼ਰੂਰ ਕਰਿਓ। ਭੈਣੇ, ਨੰਬਰ ਬੋਲ ਦੋਗੇ ਕੋਈ ਆਪਦਾ ਵਿੱਚ? ਹਾਂ ਵੀਰ ਜੀ, ਸਾਡਾ ਨੰਬਰ ਹੈਗਾ 98662। ਅੱਛਾ, 53935। ਅੱਛਾ, ਦੁਬਾਰੇ ਬੋਲ ਦੇ ਇੱਕ ਵਾਰ, 98762। ਅੱਛਾ, 53935। ਤੇ ਬਾਈ, ਇਹ ਘਰ ਦੀਆਂ ਤਸਵੀਰਾਂ ਨੇ, ਭੈਣ ਹੋਰਾਂ ਨੇ ਵਿਆਹ ਨਹੀਂ ਕਰਾਇਆ, ਨਾ ਕੋਈ ਚਾਚਾ ਨਾ ਕੋਈ ਮਾਮਾ ਨਾ ਕੋਈ ਤਾਇਆ, ਕੋਈ ਜ਼ਮੀਨ ਨਹੀਂ ਹੈਗੀ, ਪਰ ਆਪਣੇ ਪਿਤਾ ਜੀ ਦੇ ਘਰ ਨੂੰ ਅੱਜ ਵੀ ਜਿਉਂਦਿਆਂ ਚ ਰੱਖਿਆ ਹੋਇਆ, ਵਸਦਿਆਂ ਚ ਰੱਖਿਆ ਹੋਇਆ। ਜੇ ਇਹ ਭੈਣਾਂ ਵਿਆਹ ਕਰਾ ਲੈਂਦੀਆਂ ਤਾਂ ਭੈਣਾਂ ਦੀ ਸੋਚ ਹੈ ਕਿ ਇਹ ਘਰ ਅੱਜ ਨੂੰ ਉੱਜੜ ਜਾਂਦਾ ਤੇ ਘਰ ਨੂੰ ਜਿੰਦਾ ਲੱਗ ਚੁੱਕਿਆ ਹੁੰਦਾ। ਆਹ ਜਿਹੜਾ ਅੰਦਰ ਸਮਾਨ ਪਿਆ, ਭੈਣ ਹੋਰੀ ਕਹਿੰਦੇ ਆ ਕਿ ਇਹ ਚੌਂਦਾ ਹੈਗਾ ਸਾਡਾ, ਜਿਹੜਾ ਘਰ ਹੈਗਾ ਇੱਕ ਕਮਰਾ ਹੈਗਾ, ਤੇ ਉਹ ਜਦੋਂ ਚੌਂਦਾ ਜਿਹੜਾ ਸਮਾਨ ਹੈ ਉਹ ਵੀ ਅਸੀਂ ਕਹਿੰਦੇ ਗੁਆਂਢੀਆਂ ਦੇ ਰੱਖਿਆ ਹੋਇਆ। ਆਹ ਦੇਖ ਲਓ, ਇਹ ਹਾਲਤ ਹੈ ਘਰ ਦੀ ਇੱਥੇ, ਤੇ ਯਾਰ ਕੀ ਕਰੂ ਗਰੀਬ ਬੰਦਾ। ਬਾਈ, ਸਵਾਦ ਲੈਣ ਵਾਲੇ ਉਹ ਬਾਈ ਬਣ ਕੇ ਵੀਡੀਓ ਨਾ ਦੇਖਿਓ, ਤੇ ਜਿਹੜੇ ਵੀਰ ਮਦਦ ਕਰਨਾ ਚਾਹੁੰਦੇ ਹੋ ਵੀਡੀਓ ਲਾਜ਼ਮੀ ਦੇਖਿਓ ਯਾਰ, ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਚਾਰ ਭੈਣਾਂ ਦੀ ਇੱਕ ਵੱਖਰੀ ਜੀ ਸਟੋਰੀ ਅਸੀਂ ਤੁਹਾਨੂੰ ਦਿਖਾਈ ਹੈ। ਬਹੁਤ ਬਹੁਤ ਧੰਨਵਾਦ, ਵੀਡੀਓ ਦੱਬ ਕੇ ਵੀਰ ਬਣ ਕੇ ਸ਼ੇਅਰ ਕਰ ਦਿਓ ਯਾਰ।